आपां चेन सर्वे शुरू करने जा रहे हैं। चेन सर्वे दे विच जिहड़े साडे कोल मेजर इंस्ट्रूमेंट आ उह साडे कोल हैगी चेन। आ साडे कोल देखो तुहाडे कोल चेन तुसीं देख रहे हो, इहदी सारी डिटेल दे विच आपां स्टडी करांगे अनफोल्डिंग ऑफ चेन दे विच जाके इहदे की इहदी मार्किंग आ सारा कुछ। सो उस तों बाद दे विच साडे कोल मटैलिक टेप आ। मटैलिक टेप तुसीं सारे जाणदे हो आम मीटर टेप हुंदा, इह साडे कोल मीटर और फुटां दे विच वी लग्गा हुंदा ते इहदी लेंथ साडे कोल हैगी 30 मीटर दी। इस इहदे नाल वी असीं होरिजेंटल डिस्टेंस मेजर करदे हां। उस तो बाद अगे जाके साडे कोल जिहड़ा मेन यूज हुंदा है साडे कोल आ साडे कोल मार्किंग पेन जां इहनूं आपां एरोज़ कहिंदे आ। इहदी जिहड़ी हाइट हुंदी आ 40 तों लैके 50 सेंटीमीटर तक हुंदी, 5 सेंटीमीटर डाय दा इहदा उपरला पोर्शन हुंदा, इह स्टील वायर दे विच बणिया हुंदा थल्लों पॉइंटड हुंदा। सो इह मार्किंग पेनस आपां यूज करदे आ। उस तों बाद जाके साडे कोल जाके वुडन पैग हैगा, जिथे स्टेशन पॉइंट आ उत्थे इहदी असीं मार्किंग कीती जांदी आ। ਇਹ ਸਿੰਪਲੀ ਕਿਸੇ ਵੀ ਲੱਕੜੀ ਦਾ ਬਣਿਆ ਹੁੰਦਾ ਜਿਹਦੇ ਉੱਪਰ ਜਾ ਕੇ ਅਸੀਂ ਕ੍ਰੋਸ ਪੁਆਇੰਟ ਲਾ ਦੇ ਤਾਂ ਕਿ ਐਗਜ਼ੈਕਟ ਪੁਆਇੰਟ ਉੱਤੇ ਆਪਾਂ ਇਹਨੂੰ ਬਾਈਸੈਕਟ ਕਰੀਏ। ਉਸ ਤੋਂ ਅਗਲੇ ਪਾਸੇ ਕੋਲ ਸਾਡੇ ਕੋਲ ਜਾ ਕੇ ਫਿਰ ਸਾਡੇ ਕੋਲ ਰਾਈਟ ਐਂਗਲਸ ਲਗਾਉਣ ਵਾਸਤੇ ਜਾਂ ਮੇਜਰਮੈਂਟ ਕਰਨ ਵਾਸਤੇ ਆ ਸਾਡੇ ਕੋਲ ਹੈਗਾ ਆ ਕ੍ਰੋਸ ਸਟਾਫ। ਇਸ ਕ੍ਰੋਸ ਸਟਾਫ ਦੇ ਉੱਤੇ ਕੀ ਹੈਗਾ, ਦੋ ਸਾਈਡ ਦੇ ਉੱਤੇ ਓਬਜੈਕਟ ਬੀਨ ਹੁੰਦੀਆਂ ਨੇ, ਦੋ ਸਾਈਡ ਦੇ ਉੱਤੇ ਪਿਨ ਹੋਲਸ ਹੁੰਦੇ ਜਿੱਥੇ ਆਪਾਂ ਆਈਜ਼ ਵਗੈਰਾ ਲਾਉਂਦੇ ਹਾਂ, ਠੀਕ ਆ। ਉਸ ਤੋਂ ਇਲਾਵਾ ਕੀ ਆ, ਇਹਨਾਂ ਓਬਜੈਕਟ ਬੇਨ ਦੇ ਸਾਹਮਣੇ ਇੱਕ ਸਾਡੇ ਕੋਲ ਵੀ ਬਹੁਤ ਵੈਰੀ ਫਾਈਨ ਕ੍ਰੋਸ ਹੇਅਰ ਹੁੰਦਾ। ਸੋ ਇਸ ਪਿਨ ਹੋਲ ਦੇ ਵਿੱਚ ਹੀ ਦੇਖ ਕੇ ਆਪਾਂ ਅਗਲੇ ਓਬਜੈਕਟ ਨੂੰ ਬਾਈਸੈਕਟ ਕਰ ਸਕਦੇ ਹਾਂ। ਇਹਦੇ ਨਾਲ ਜਿਹੜਾ ਮੇਨ ਫੰਕਸ਼ਨ ਹੈਗਾ ਰਾਈਟ ਐਂਗਲ ਲਗਾਉਣੇ ਜਾਂ ਰਾਈਟ ਐਂਗਲ ਮੇਜਰ ਕਰਨੇ। ਇਹਦੇ ਥੱਲੇ ਕੋਲ ਸਾਡੇ ਕੋਲ ਜਾ ਕੇ ਇੱਕ ਵੁਡਨ ਪੋਸਟ ਹੁੰਦੀ ਆ ਜਿਹਦੇ ਉੱਤੇ ਅਸੀਂ ਲਗਾ ਕੇ ਇਹਨੂੰ ਲਾਈਨ ਦੇ ਉੱਤੇ ਲਗਾ ਕੇ ਰਾਈਟ ਐਂਗਲ ਡਰਾ ਕਰ ਸਕਦੇ ਹਾਂ। ਸੋ ਦਿਸ ਇਜ਼ ਦਾ ਮੇਨ ਫੰਕਸ਼ਨ ਆਫ ਦਿਸ ਇੰਸਟਰੂਮੈਂਟ। ਉਸ ਤੋਂ ਇਲਾਵਾ ਇਹਦੇ ਨਾਲ ਸਾਡੇ ਕੋਲ ਹੋਰ ਇੰਸਟਰੂਮੈਂਟ ਹੈ, ਉਹ ਵੀ ਰਾਈਟ ਐਂਗਲ ਲਗਾਉਣ ਜਾਂ ਰਾਈਟ ਐਂਗਲ ਮੇਜਰ ਕਰਨ ਵਾਸਤੇ, ਇਹਨੂੰ ਅਸੀਂ ਇੰਡੀਅਨ ਆਪਟੀਕਲ ਸਕੇਅਰ ਬੋਲਦੇ ਹਾਂ। ਇਹਦੇ ਵਿੱਚ ਕੀ ਆ, ਦੋ ਸਾਈਡ ਦੇ ਉੱਤੇ ਸਾਡੇ ਕੋਲ ਓਪਨਿੰਗ ਆ, ਇਹਨਾਂ ਓਪਨਿੰਗ ਦੇ ਅੰਦਰਲੇ ਪਾਸੇ ਸਾਡੇ ਕੋਲ ਮਿਰਰ ਲੱਗੇ ਹੋਏ ਨੇ। ਇਹ ਦੋਨੋਂ ਮਿਰਰ ਦਾ ਜਿਹੜਾ ਐਂਗਲ ਆ 45 ਡਿਗਰੀ ਦਾ, ਆਹ ਤੁਸੀਂ ਦੇਖੋ ਤੁਹਾਡੇ ਕੋਲ 45 ਦਾ ਐਂਗਲ ਬਣ ਜਾਂਦਾ। ਥੱਲੇ ਇਹਦੇ ਹੈਂਡਲ ਪਕੜਨ ਵਾਸਤੇ ਹੁੰਦਾ। ਇਹਦਾ ਮੇਨ ਆਈਡੀਆ ਹੈ ਐਂਗਲਸ, ਰਾਈਟ ਐਂਗਲਸ ਲਗਾਉਣੇ ਜਾਂ ਰਾਈਟ ਐਂਗਲ ਨੂੰ ਮੇਜਰ ਕਰਨਾ। ਇਹਦਾ ਆਪਣਾ ਪ੍ਰਿੰਸੀਪਲ ਆ, ਪ੍ਰਿੰਸੀਪਲ ਇਹਦੇ 'ਤੇ ਕੀ ਆ, ਇੰਸੀਡੈਂਟ ਰੇ ਜਦੋਂ ਆ ਕੇ ਇੱਥੇ ਸਟਾਈਕ ਕਰਦੀ ਮਿਰਰ 'ਤੇ, ਉਹ ਤੋਂ ਬਾਅਦ ਰਿਫਲੈਕਟਡ ਰੇ ਬਣ ਜਾਂਦੀ। ਇੰਸੀਡੈਂਟ ਰੇ ਅਤੇ ਰਿਫਲੈਕਟਡ ਏ ਜਿਹੜੀ ਰੇ ਜਿਹੜੀ ਬਣਦੀ ਆ, ਇਹਦਾ ਜਿਹੜਾ ਐਂਗਲ ਬਣਦਾ ਜਿਸ ਐਂਗਲ 'ਤੇ ਮਿਰਰ ਲੱਗੇ ਉਹ ਤੋਂ ਡਬਲ 'ਤੇ ਹੁੰਦਾ। ਆਹ 45 ਦਾ ਐਂਗਲ ਆ ਇਹਦਾ ਪ੍ਰਿੰਸੀਪਲ ਜਿਹੜਾ ਹੈਗਾ, ਤਾਂ ਜੋ ਰਿਫਲੈਕਟਡ ਰੇ ਵਾਪਸ ਆਉਂਦੀ ਆ ਤਾਂ ਉਹ 90 ਡਿਗਰੀ 'ਤੇ ਆ ਜਾਂਦੀ ਆ। ਸੋ ਦਿਸ ਇਜ਼ ਦਾ ਮੇਨ ਫੰਕਸ਼ਨ ਆਫ ਦਿਸ ਇੰਸਟਰੂਮੈਂਟ। ਉਸ ਤੋਂ ਬਾਅਦ ਲਾਸਟ ਵਿੱਚ ਜਾ ਕੇ ਸਾਡੇ ਕੋਲ ਮੇਜਰ ਹੈ, ਦੈਟ ਇਜ਼ ਵੈਰੀ ਇੰਪੋਰਟੈਂਟ, ਰੇਂਜਿੰਗ ਰੋਡ। ਇਹਦੀ ਜਿਹੜੀ ਲੰਬਾਈ ਆ 3 ਮੀਟਰ ਤੋਂ ਲੈ ਕੇ 4 ਮੀਟਰ ਤੱਕ ਹੁੰਦੀ ਆ। ਇਹਦੇ ਪੈਰਾਂ ਦੇ ਵਿੱਚ ਸਾਡੇ ਕੋਲ ਆਇਰਨ ਸ਼ੂ ਹੁੰਦਾ ਜਿਹਦਾ ਮੇਨ ਫੰਕਸ਼ਨ ਹੈਗਾ ਟੂ ਵੈਲ ਗ੍ਰਿਪ ਇਨ ਗਰਾਊਂਡ। ਉਸ ਤੋਂ ਬਾਅਦ ਇਹਦੇ ਉੱਤੇ ਡਿਫਰੈਂਟ ਕਲਰ ਦੇ ਬੈਂਡਸ ਲੱਗੇ ਹੋਏ ਨੇ, ਵਾਈਟ ਹੈ, ਰੈੱਡ ਹੈ, ਬਲੈਕ ਹੁੰਦਾ। ਦੈਟ ਇਜ਼ ਓਨਲੀ ਮੇਨ ਫੰਕਸ਼ਨ ਆਫ ਦੈਟ ਦੀਸ ਬੈਂਡਸ ਆਰ ਕਲੀਅਰ ਵਿਜ਼ਨ ਫਰੋਮ ਦਾ ਡਿਸਟੈਂਸ ਤੋਂ, ਇਹ ਸਾਨੂੰ ਦੂਰ ਤੋਂ ਦਿਖਾਈ ਦੇ ਜਾਣਾ ਚਾਹੀਦਾ ਹੁੰਦਾ। ਸੋ ਦੀਸ ਆਰ ਦਾ ਇੰਸਟਰੂਮੈਂਟਸ ਵਿੱਚ ਵੀ ਆਰ ਯੂਜਿੰਗ ਇਨ ਚੇਨ ਸਰਵੇ। ਅੱਗੇ ਜਾ ਕੇ ਜਿਸ ਤਰ੍ਹਾਂ ਆਪਾਂ ਸਰਵੇ ਕਰਾਂਗੇ ਹਰ ਇੱਕ ਦੀ ਐਪਲੀਕੇਸ਼ਨ ਤੁਹਾਨੂੰ ਦੱਸਾਂਗੇ। ਥੈਂਕ ਯੂ।